ਤੁਹਾਡੀ ਪਾਰਟੀ ਭਲਾ ਹੀ ਦੇਸ਼ ਵਿੱਚ ਵੱਡੀ ਆ, ਪੰਜਾਬ ਦੇ ਵਿੱਚ ਇਤਿਹਾਸ ਦਾ ਇੱਕ ਵੀ ਇਲੈਕਸ਼ਨ ਇੱਦਾਂ ਦਾ ਨਹੀਂ ਗਿਆ ਜਿੱਥੇ ਤੁਸੀਂ ਲੋਕ ਸਭਾ ਦੇ 13 ਕੈਂਡੀਡੇਟ ਉਤਾਰ ਸਕਣ ਦੀ ਜ਼ਰੂਰਤ ਰੱਖੀ ਹੋਵੇ ਜਾਂ ਵਿਧਾਨ ਸਭਾ ਦੀ 117 ਸੀਟਾਂ ਭਰਨ ਦੀ ਸਮਰੱਥਾ ਰੱਖੀ ਹੋਵੇ। ਔਰ ਅਗਲੇ ਕਈ ਧੜੇ ਤਿਆਰ ਨੇ, ਜੇ ਬਹੁਜਨ ਸਮਾਜ ਪਾਰਟੀ ਅੱਜ ਅਕਾਲੀ ਦਲ ਨਾਲ ਖੜੀ ਹੁੰਦੀ ਤੇ ਅਕਾਲੀ ਦਲ ਦਾ ਇੱਕ ਵੀ ਲੀਡਰ ਨਹੀਂ ਸੀ ਜਾਣਾ। ਜੀ, ਬਸਪਾ ਵੀ ਜਿਹੜੀ ਸੱਤਾਧਾਰੀ ਧਿਰ ਪੰਜਾਬ ਦੀ ਹੈ ਉਹਦੇ ਐਮ ਐਲ ਏ ਦਾ ਉਹਦੇ ਪਿਤਾ ਨੂੰ ਲੈ ਗਏ ਤੁਸੀਂ ਸੁਰਿੰਦਰ ਕੌਰ ਕੰਬੋਜ ਨੂੰ ਫਿਰੋਜ਼ਪੁਰ ਤੋਂ ਐਲਾਨ ਦਿੱਤਾ, ਇਹ ਕਹਾਣੀ ਕਿਵੇਂ ਫਿੱਟ ਬੈਠੀ? ਭਾਰਤੀ ਜਨਤਾ ਪਾਰਟੀ 'ਚ ਸੁਸ਼ੀਲ ਰਿੰਕੂ ਜੀ ਦਾ ਜਾਣਾ ਆ ਜੀ, ਉਹ ਇੱਦਾਂ ਹੀ ਆ ਜਿੱਦਾਂ ਆਪਣੇ ਦੇਸ਼ ਲਈ ਲੜ ਰਹੇ ਰਾਵਣ ਨੂੰ ਛੱਡ ਕੇ ਭਵਿਸ਼ਣ ਦਾ ਚਲੇ ਜਾਣਾ। ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਸਮਾਜ ਨੇ ਰਿਜੈਕਟਡ ਮਾਲ ਜਿਹੜਾ ਨਾ ਉਹ ਉਹ ਘੁੰਮਦਾ ਹੁੰਦਾ ਆਲੇ ਦੁਆਲੇ, ਰਿਜੈਕਟਡ ਤਾਂ ਹੈਗੇ ਪਰ ਉਹ ਰਿਜੈਕਟਡ ਸਿਟਿੰਗ ਐਮਐਲਏ ਐਮਪੀ ਵੀ ਹੈਗੇ ਨੇ। ਕਦੇ ਸੁਣਿਆ ਕਿ ਮੁੱਖ ਮੰਤਰੀ ਦੋ ਸੀਟਾਂ ਲੜੇ ਤੇ ਦੋਹਾਂ ਤੋਂ ਹੀ ਹਾਰ ਜਾਏ? ਦੈਨਿਕ ਸਵੇਰਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਪੱਕ ਚੁੱਕਾ ਹੈ, ਲਗਾਤਾਰ ਉਮੀਦਵਾਰਾਂ ਦਾ ਐਲਾਨ ਹੋ ਰਿਹਾ ਹੈ। ਪੰਜਾਬ ਦੀ ਚੋਣ ਹਾਲਾਂਕਿ ਕਰੀਬ 1.5 ਮਹੀਨਾ ਦੂਰ ਪਈ ਹੈ, 1.5 ਮਹੀਨੇ ਤੋਂ ਵੀ ਵੱਧ ਦੂਰ ਪਈ ਹੈ, ਪਰ ਫਿਰ ਵੀ ਲਗਭਗ ਜਿੰਨੀਆਂ ਵੀ ਪ੍ਰਮੁੱਖ ਪਾਰਟੀਆਂ ਨੇ ਹਰ ਕਿਸੇ ਨੇ ਵੱਧ ਕਿਸੇ ਨੇ ਘੱਟ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਨੇ। ਜੇਕਰ ਆਪਾਂ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਜੋ ਕਿ ਇਕੱਲੇ ਤੌਰ ਦੇ ਉੱਤੇ ਚੋਣ ਲੜ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ, ਉਹਨਾਂ ਨੇ ਵੀ 3 ਉਮੀਦਵਾਰ ਪੰਜਾਬ ਤੋਂ ਐਲਾਨ ਦਿੱਤੇ ਨੇ। ਸਭ ਤੋਂ ਅਹਿਮ ਗੱਲ ਜੋ ਬਹੁਜਨ ਸਮਾਜ ਪਾਰਟੀ ਦੇ ਖਾਤੇ 'ਚ ਜਾਂਦੀ ਜੋ ਸਾਨੂੰ ਸਮਝ ਆ ਰਹੀ ਹੈ ਉਹ ਹੈ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਦੀ ਸੱਤਾਧਾਰੀ ਧਿਰ ਹੈ, ਉਹਦੇ ਇੱਕ ਵਿਧਾਇਕ ਦੇ ਪਿਤਾ ਨੂੰ ਬਹੁਜਨ ਸਮਾਜ ਪਾਰਟੀ ਨੇ ਨਾ ਸਿਰਫ ਆਪਣੇ ਪਾਰਟੀ 'ਚ ਸ਼ਾਮਲ ਕਰਵਾਇਆ ਬਲਕਿ ਉਹਨਾਂ ਨੂੰ ਫਿਰੋਜ਼ਪੁਰ ਹਲਕੇ ਤੋਂ ਜਿਹੜਾ ਉਮੀਦਵਾਰ ਵੀ ਐਲਾਨ ਦਿੱਤਾ ਹੈ। ਮੈਂ ਸੁਰਿੰਦਰ ਕੰਬੋਜ ਉਹਨਾਂ ਦੀ ਗੱਲ ਕਰ ਰਿਹਾ ਜੋ ਕਿ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਨੇ। ਅੱਜ ਹੀ ਬਹੁਜਨ ਸਮਾਜ ਪਾਰਟੀ ਨੇ ਜਿਹੜਾ ਹੈ ਸੰਗਰੂਰ ਤੋਂ ਵੀ ਉਮੀਦਵਾਰ ਫੀਲਡ ਕਰ ਦਿੱਤਾ ਹੈ। ਬਹੁਜਨ ਸਮਾਜ ਪਾਰਟੀ ਇਕੱਲਿਆਂ ਚੋਣ ਲੜ ਰਹੀ ਹੈ ਪਰ ਬਹੁਜਨ ਸਮਾਜ ਪਾਰਟੀ ਇਸ ਵਾਰ ਇਹ ਚੋਣਾਂ ਦੇ ਵਿੱਚ ਕੀ ਭੂਮਿਕਾ ਅਦਾ ਕਰਨ ਜਾ ਰਹੀ ਹੈ ਇਹ ਸਭ ਤੋਂ ਦਿਲਚਸਪ ਹੋਏਗਾ। ਕਿਉਂ? ਕਿਉਂਕਿ ਬਹੁਤ ਸਾਰੇ ਉਮੀਦਵਾਰ ਰਿਜ਼ਰਵ ਹਲਕਿਆਂ ਤੋਂ ਤਾਂ ਜੋ ਹੈ ਦਲਿਤ ਜਾਂ ਓਬੀਸੀ ਜਾਂ ਬੀਸੀ ਭਾਈਚਾਰੇ 'ਚੋਂ ਉਮੀਦਵਾਰ ਦਿੱਤੇ ਹੀ ਜਾ ਰਹੇ ਨੇ ਸਾਰੀਆਂ ਪਾਰਟੀਆਂ ਵੱਲੋਂ, ਜਿਵੇਂ ਕਿ ਕਾਂਗਰਸ 'ਚੋਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਨੇ ਉਹ ਜਦੋਂ ਜਿਹੜੇ ਕਾਂਗਰਸ 'ਚੋਂ ਆਮ ਆਦਮੀ ਪਾਰਟੀ 'ਚ ਗਏ ਤਾਂ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਰਿਜ਼ਰਵ ਹਲਕੇ ਤੋਂ ਐਲਾਨ ਦਿੱਤਾ ਹੈ। ਐਵੇਂ ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ, ਐਵੇਂ ਆਪਾਂ ਜਲੰਧਰ ਦੀ ਗੱਲ ਕਰ ਲਈਏ, ਦੂਜੀਆਂ ਪਾਰਟੀਆਂ 'ਚੋਂ ਵੀ ਜਿਹੜੇ ਉਮੀਦਵਾਰ ਲਿਆ ਕੇ ਐਲਾਨੇ ਜਾ ਰਹੇ ਨੇ ਪਰ ਜ਼ਿਆਦਾ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਉਹ ਬੀਸੀ ਓਬੀਸੀ ਜਾਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੇ। ਸੋ ਵਾਰ ਵਾਰ ਫੋਕਸ ਜਾ ਰਿਹਾ ਹੈ ਕਿ ਅਜਿਹੇ 'ਚ ਬਹੁਜਨ ਸਮਾਜ ਪਾਰਟੀ ਕਿਸ ਰਣਨੀਤੀ ਦੇ ਉੱਤੇ ਕੰਮ ਕਰ ਰਹੀ ਹੈ। ਅਸੀਂ ਸਾਰੀ ਰਣਨੀਤੀ ਹੁਣ ਬੜਾ ਖੁੱਲ੍ਹ ਕੇ ਵਿਚਾਰਨ ਜਾ ਰਹੇ ਹਾਂ। ਕਿਉਂ? ਕਿਉਂਕਿ ਮੇਰੇ ਨਾਲ ਇਸ ਵਕਤ ਦੈਨਿਕ ਸਵੇਰਾ ਤੇ ਉਚੇਚੇ ਤੌਰ ਤੇ ਬਣੇ ਹੋਏ ਨੇ ਸਰਦਾਰ ਜਸਵੀਰ ਸਿੰਘ ਗੜੀ ਜੋ ਕਿ ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੇ। ਗੜੀ ਸਾਹਿਬ, ਸਤਿ ਸ੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਦੈਨਿਕ ਸਵੇਰਾ 'ਚ। ਧੰਨਵਾਦ ਜੀ ਦੈਨਿਕ ਸਵੇਰਾ ਦੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਸ਼ੁਕਰੀਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਵਿਸ਼ੇਸ਼ ਤੌਰ ਤੇ ਨੀਲ ਭੁਲਿੰਦਰ ਸਿੰਘ ਜੀ ਦਾ ਸ਼ੁਕਰੀਆ ਜਿਹੜੇ 3 ਕਰੋੜ ਪੰਜਾਬੀਆਂ ਨੂੰ ਹੀ ਦੇਸ਼ ਵਿਦੇਸ਼ ਵਿੱਚ ਬਚਦੇ ਸਮੁੱਚੇ ਪੰਜਾਬੀਆਂ ਤੱਕ ਪੰਜਾਬ ਦੇ ਰਾਜਨੀਤਿਕ ਹਾਲਾਤ, ਪੰਜਾਬ ਦੇ ਰਾਜਨੀਤਿਕ ਚਿਹਰਿਆਂ ਦੇ ਮੂੰਹਾਂ ਦੇ ਵਿੱਚੋਂ ਇੰਨ ਵਿੰਨ ਪਜਾਉਂਦੇ ਆ। ਚਲੋ, ਮੈਂ ਤੇ ਇਲੈਕਸ਼ਨ ਨਹੀਂ ਲੜਨੀ, ਮੈਨੂੰ ਤਾਂ ਪ੍ਰਚਾਰ ਦੀ ਜ਼ਿਆਦਾ ਲੋੜ ਨਹੀਂ ਹੈਗੀ। ਖੈਰ, ਤੁਸੀਂ ਧੰਨਵਾਦ, ਤੁਹਾਡਾ ਤੁਸੀਂ ਰਿਕੋਗਨਾਈਜ਼ ਕੀਤਾ। ਬਹੁਜਨ ਸਮਾਜ ਪਾਰਟੀ ਬਾਰੇ ਅਸੀਂ ਪੱਤਰਕਾਰ ਵੀ ਜਾਂ ਹੋਰ ਸਿਆਸਤ ਨੂੰ ਨੇੜੇ ਤੋਂ ਦੇਖਣ ਵਾਲੇ ਲੋਕ ਇਹ ਰਾਏ ਰੱਖ ਰਹੇ ਸੀ ਕਿ ਜਿਸ ਤਰ੍ਹਾਂ ਅਕਾਲੀ ਦਲ ਨੇ ਭਾਵੇਂ ਡਿੱਚ ਕੀਤਾ ਹੈ, ਕਿਉਂਕਿ ਪਿਛਲੀ ਇੰਟਰਵਿਊ 'ਚ ਤੁਸੀਂ ਮੈਨੂੰ ਕਿਹਾ ਸੀ 2 ਕੁ ਮਹੀਨੇ ਪਹਿਲਾਂ, 2.5 ਮਹੀਨੇ ਪਹਿਲਾਂ, ਕਿ ਸਾਨੂੰ ਤਾਂ ਪੁੱਛਿਆ ਵੀ ਨਹੀਂ ਜਾ ਰਿਹਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਲ ਡੇਢ ਸਾਲ ਤੋਂ ਕਹਿਣ ਨੂੰ ਗਠਜੋੜ ਹੈ ਸਾਡੇ ਨਾਲ, ਕੋਈ ਨਾ ਕੋਈ ਉਮੀਦਵਾਰਾਂ ਦਾ ਵਿਚਾਰ ਚਰਚਾ ਹੋ ਰਿਹਾ, ਨਾ ਕੋਈ ਸੀਟ ਸ਼ੇਅਰਿੰਗ ਦੀ ਚਰਚਾ ਹੋ ਰਹੀ ਹੈ। ਅਸੀਂ ਤਾਂ ਬਸ ਇੱਕ ਬਿਆਨਬਾਜ਼ੀ ਯੋਗ ਹੀ ਰਹਿ ਗਏ ਹਾਂ ਕਿ ਸਾਡਾ ਗਠਜੋੜ ਹੈ। ਤੁਸੀਂ ਇਹ ਵੀ ਸਪਸ਼ਟ ਕਰ ਦਿੱਤਾ ਸੀ ਉਸ ਇੰਟਰਵਿਊ ਦੇ ਵਿੱਚ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਝੁਕਾਅ ਭਾਰਤੀ ਜਨਤਾ ਪਾਰਟੀ ਵੱਲ ਹੋਇਆ, NDA ਵੱਲ ਹੋਇਆ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪਹਿਲਕਦਮੀ ਕਰਨ ਦੀ ਲੋੜ ਕਿ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ NDA 'ਚ ਜਾਂ ਭਾਜਪਾ 'ਚ ਜਾਣਾ। ਤੁਸੀਂ ਛੱਡਣ ਨੂੰ ਜਿਹੜਾ ਹੈਗਾ ਗੁਰੇਜ਼ ਨਹੀਂ ਕਰੋਗੇ, ਤੁਸੀਂ ਕੀਤਾ ਵੀ ਨਹੀਂ ਗੁਰੇਜ਼, ਤੁਸੀਂ ਪਹਿਲ ਮਾਰੀ ਹੈ, ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਬਾਹਰ ਆਏ ਹੋ। ਪਰ ਪ੍ਰਭਾਵ ਇਹ ਲਿਆ ਜਾ ਰਿਹਾ ਸੀ ਕਿ ਕੀ ਬਸਪਾ ਪੰਜਾਬ ਇੰਨੀ ਛੇਤੀ ਸੰਭਲ ਸਕੇਗੀ? ਤੁਸੀਂ ਤਾਂ 3 ਉਮੀਦਵਾਰ ਐਲਾਨ ਦਿੱਤੇ ਨੇ, ਇਹ ਤਿਆਰੀ ਕਦੋਂ ਕਰ ਰਹੇ ਸੀ ਸਾਰੀ? ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਰਾਸ਼ਟਰੀ ਪ੍ਰਧਾਨ ਨੇ ਬਹੁਜਨ ਸਮਾਜ ਪਾਰਟੀ ਉਹਨਾਂ ਦੀ ਅਗਵਾਈ 'ਚ ਹੋਇਆ ਸੀ ਜੀ। 8 ਜਨਵਰੀ ਮੈਨੂੰ ਤਰੀਕ ਯਾਦ ਹੈ ਜਿਹੜੀ ਮੈਂ ਆਖਰੀ ਇੰਟਰਵਿਊ ਤੁਹਾਡੇ ਨਾਲ ਕੀਤੀ ਸੀ, ਔਰ ਆਪਣੇ ਵਿਚਾਰਾਂ 'ਚ ਮੈਂ ਇਹ ਦੱਸਿਆ ਸੀ ਕਿ ਪ੍ਰੈਕਟੀਕਲੀ ਗੱਠਜੋੜ ਹੈ ਨਹੀਂ, ਥਰੈਟੀਕਲੀ ਗੱਠਜੋੜ ਚੱਲ, ਬਿਲਕੁਲ ਇਹੀ ਸ਼ਬਦ ਸੀ ਤੁਹਾਡੇ। ਦੂਜੀ ਗੱਲ ਮੈਂ ਇਹ ਕਹੀ ਸੀ ਕਿ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਮਰੇਗਾ, ਔਰ ਮੇਰੀਆਂ ਦੋਨੋਂ ਹੀ ਗੱਲਾਂ ਸੱਚੀਆਂ। ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਮਰੇਗਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਵਾਲੇ ਘਰ ਦਾ ਵੀ ਪ੍ਰਾਹੁਣਾ ਸੀ ਤੇ ਭਾਰਤੀ ਜਨਤਾ ਪਾਰਟੀ ਦੇ ਘਰ ਦਾ ਵੀ ਪ੍ਰਾਹੁਣਾ ਸੀ ਤੇ ਇਕੱਲਾ ਰਹਿ ਗਿਆ? ਨਹੀਂ, ਉਹ ਮਹਿਮਾਨ ਤਾਂ ਬਹੁਜਨ ਸਮਾਜ ਪਾਰਟੀ ਦਾ ਸੀ ਵਿਧੀਵਤ ਜੀ, ਲੇਕਿਨ ਉਹਨਾਂ ਨੂੰ ਆਸ ਸੀਗੀ ਕਿ ਅਸੀਂ ਵੱਡਾ ਮਹਿਮਾਨ ਜਿਹੜਾ ਵੱਡੇ ਘਰ ਦਾ ਬਣ ਸਕਦੇ, ਦਿੱਲੀ ਵਾਲਿਆਂ ਦਾ ਬਣ ਸਕਦੇ ਹਾਂ, ਔਰ ਅਸੀਂ ਕਹਿੰਦੇ ਰਹੇ ਹਾਂ ਕਿ ਗੰਗੂ ਤੇ ਭਰੋਸਾ ਨਾ ਕਰੋ। ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਜਦੋਂ ਨਕਸ਼ਾ ਪੰਜਾਬ ਦਾ 1835-40 ਦੇ ਵਿੱਚ ਰੱਖਿਆ ਗਿਆ ਸੀ, 1835 ਦੇ ਲਗਭਗ, ਤਾਂ ਉਹਨਾਂ ਨੇ ਨਕਸ਼ੇ ਦੇਖ ਕੇ ਅੰਗਰੇਜ਼ੀ ਰਾਜ ਬਾਰੇ ਜਿਹੜਾ ਲਾਲ ਲਾਲ ਨਿਸ਼ਾਨਾ ਨਾ ਉੱਕਰਿਆ ਸੀ, ਉਹ ਸਿਰਫ ਪੰਜਾਬ ਬਚਦਾ ਸੀ, ਤੇ ਮਹਾਰਾਜਾ ਦੇ ਸ਼ਬਦ ਸੀ ਕਿ ਇੱਕ ਦਿਨ ਇਹ ਲਾਲ ਲਾਲ ਹੋ ਜਾਏਗਾ। ਅੱਜ ਜਿਹੜਾ ਦੇਸ਼ ਦਾ ਨਕਸ਼ਾ ਹੈ ਉਹ ਭਗਵਾਂ ਭਗਵਾਂ ਜਿਹੜੀਆਂ ਹਿੰਦੂ ਤਵਾ ਤਾਕਤਾਂ ਆ, RSS ਆ, ਇਹ ਕਰਨਾ ਚਾਹੁੰਦੀਆਂ ਆ। ਬਹੁਜਨ ਸਮਾਜ ਪਾਰਟੀ ਇਸ ਭਗਵਾਂ ਰੰਗ ਨੂੰ ਨਕਸ਼ੇ 'ਚ ਭਰਨ ਤੋਂ ਰੋਕਣਾ ਚਾਹੁੰਦੀ ਆ। ਇਹ ਕੇਸਰੀ ਪੰਥ ਦਾ ਕੇਸਰੀ ਜਾਂ ਗਰੀਬਾਂ ਦਾ ਨੀਲਾ ਰੰਗ, ਬਲੂ ਕਾਲਰ ਕਰਨਾ ਚਾਹੁੰਦੀ ਆ, ਤੇ ਅਸੀਂ ਅਕਾਲੀ ਦਲ ਨੂੰ ਸਮਝਾਉਂਦੇ ਰਹੇ ਕਿ ਤੁਸੀਂ ਇਹਨਾਂ ਤੇ ਭਰੋਸਾ ਨਾ ਕਰੋ, ਇਹ ਬਹੁਤ ਤੁਹਾਨੂੰ ਟਿਕਾਣੇ ਲਿਜਾ ਕੇ ਰੜੇ ਧੁੱਪੇ ਸਾੜਨਗੇ। ਮੈਂ ਬਹੁਤ ਕਹਿੰਦਾ ਰਿਹਾ, ਅੱਜ ਇਹ ਦਿਨ ਆਏ ਹੋਏ ਆ, ਔਰ ਇਹ ਪੰਜਾਬ ਦੀ ਤਰਾਸਤੀ ਹੈ, ਅਕਾਲੀ ਦਲ ਦੀ ਤਰਾਸਤੀ ਨਹੀਂ ਹੈ, ਇਹ ਪੰਜਾਬ ਦੀ ਤਰਾਸਤੀ ਆ, ਪੰਜਾਬੀਆਂ ਦੀ ਤਰਾਸਤੀ ਹੈ। ਪਰ ਤੁਹਾਨੂੰ ਲੱਗਦਾ ਨਹੀਂ ਕਿ ਬਹੁਜਨ ਸਮਾਜ ਪਾਰਟੀ ਨੂੰ ਜਿਸ ਤਰ੍ਹਾਂ ਆਖਰੀ ਮੌਕੇ ਤੇ ਆ ਕੇ ਇਕੱਲੇ ਚੋਣ ਲੜਨ ਦਾ ਫੈਸਲਾ ਕਰਨਾ ਪਿਆ, ਤੇ ਉਹ ਇੱਕ ਤਰ੍ਹਾਂ ਨਾਲ ਬੜਾ ਵੱਡਾ ਇੱਕ ਝਟਕਾ ਸੀ ਤੁਹਾਡੇ ਵਾਸਤੇ ਕਿ ਕਿਸ ਤਰ੍ਹਾਂ ਪਾਰਟੀ ਸੰਭਲੇਗੀ, ਕਿਸ ਤਰ੍ਹਾਂ ਲੀਡਰਸ਼ਿਪ 13 ਹਲਕਿਆਂ ਦੇ ਵਿੱਚ ਲੀਡਰ ਦੇਣੇ, ਤੇ ਉਹ ਵੀ ਪਾਏਦਾਰ ਦੇਣੇ ਪੈਣੇ ਨੇ, ਕਿਉਂਕਿ ਭੇੜ ਬੜਾ ਫਸਵਾ ਹੈ, ਇਹ ਕੋਈ ਵਿਧਾਨ ਸਭਾ ਦੀ ਲੜਾਈ ਨਹੀਂ, ਲੋਕ ਸਭਾ ਦੀ ਲੜਾਈ ਹੈ, 9 ਹਲਕੇ ਇੱਕ ਜਿਹੜੇ ਉਮੀਦਵਾਰ ਨੂੰ ਸਾਹਮਣੇ ਪੈਂਦੇ ਹੈ। ਦੇਖੋ, ਅਸੀਂ ਬਹੁਤ ਛੋਟੀ ਜਿਹੀ ਪਾਰਟੀ ਆ, ਕੱਲ ਮੇਰੇ ਕੋਲ ਕੋ ਸਾਥੀ ਬੈਠੇ ਸੀ ਦਿੱਲੀ ਵਾਲਿਆਂ ਦੇ ਜੀ, ਮੈਂ ਉਹਨਾਂ ਨੂੰ ਵੀ ਕਹਿੰਦਾ ਸੀ ਵੀ ਤੁਸੀਂ ਦੇਸ਼ ਤੇ ਰਾਜ ਕਰਦੇ ਆ, ਤੁਹਾਨੂੰ ਪੰਜਾਬ 'ਚ 13 ਕੈਂਡੀਡੇਟ ਨਹੀਂ ਲੱਭ ਰਹੇ, ਪਰ ਭਾਰਤੀ ਜਨਤਾ ਪਾਰਟੀ, ਹਾਂ ਯੈਸ, ਭਾਰਤੀ ਜਨਤਾ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ, ਤੁਹਾਡੀ ਪਾਰਟੀ ਭਲਾ ਹੀ ਦੇਸ਼ ਵਿੱਚ ਵੱਡੀ ਆ, ਪੰਜਾਬ ਦੇ ਵਿੱਚ ਇਤਿਹਾਸ ਦਾ ਇੱਕ ਵੀ ਇਲੈਕਸ਼ਨ ਇੱਦਾਂ ਦਾ ਨਹੀਂ ਗਿਆ ਜਿੱਥੇ ਤੁਸੀਂ ਲੋਕ ਸਭਾ ਦੇ 13 ਕੈਂਡੀਡੇਟ ਉਤਾਰ ਸਕਣ ਦੀ ਜ਼ਰੂਰਤ ਰੱਖੀ ਹੋਵੇ, ਜਾਂ ਵਿਧਾਨ ਸਭਾ ਦੀ 117 ਸੀਟਾਂ ਭਰਨ ਦੀ ਸਮਰੱਥਾ ਰੱਖੀ ਹੋਵੇ। ਔਰ ਅੱਜ ਭਾਰਤੀ ਜਨਤਾ ਪਾਰਟੀ ਤੁਸੀਂ ਦੇਖੋ, ਅਕਾਲੀ ਦਲ ਦੇ ਪਰਿਵਾਰ ਚੋਂ ਉਹਨਾਂ ਦੇ ਮਤਲਬ ਜਿਹੜਾ ਉਹਨਾਂ ਦਾ ਰੋਟੀ ਹੋ ਸਕਦਾ ਕਿਤੇ ਬੇਟੀਆਂ ਦੇ ਵੀ ਸਾਂਝ ਰਿਸ਼ਤੇਦਾਰੀ ਚ ਪੈਂਦੀ ਹੋਵੇ ਜੀ, ਉਸ ਟੱਬਰ ਨੂੰ ਚੁੱਕ ਲੈ ਗਏ, ਔਰ ਅਗਲੇ ਕਈ ਧੜੇ ਤਿਆਰ ਨੇ। ਜੇ ਬਹੁਜਨ ਸਮਾਜ ਪਾਰਟੀ ਅੱਜ ਅਕਾਲੀ ਦਲ ਨਾਲ ਖੜੀ ਹੁੰਦੀ ਤੇ ਅਕਾਲੀ ਦਲ ਦਾ ਇੱਕ ਵੀ ਲੀਡਰ ਨਹੀਂ ਸੀ ਜਾਣਾ ਜੀ। ਮੈਂ ਸ਼ੁਰੂਆਤ ਚ ਜ਼ਿਕਰ ਕੀਤਾ ਹੈ ਕਿ ਦਲ ਬਦਲੀਆਂ ਬਹੁਤ ਚੱਲ ਰਹੀਆਂ ਨੇ,
ਭਾਵੇਂ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕਰ ਲਓ, ਆਮ ਆਦਮੀ ਪਾਰਟੀ ਨੇ ਬਕਾਇਦਾ ਤੌਰ ਤੇ ਉਹਨਾਂ ਨੂੰ, ਉਹਨਾਂ ਦੇ ਸਿਟਿੰਗ MLA ਨੇ ਜਿਮਨੀ ਚੋਣ ਜਿੱਤੀ ਹੈ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਉਹਨਾਂ ਨੇ ਜਲੰਧਰ ਦੀ ਆਮ ਆਦਮੀ ਪਾਰਟੀ 'ਚ ਆਏ ਸੀ ਕਾਂਗਰਸ ਤੋਂ, ਉਹ ਐਲਾਨੇ ਹੋਏ ਉਮੀਦਵਾਰ ਨੂੰ ਭਾਰਤੀ ਜਨਤਾ ਪਾਰਟੀ ਲੈ ਗਈ। ਭਾਰਤੀ ਜਨਤਾ ਪਾਰਟੀ 'ਚ ਕੋਈ ਜਾ ਰਿਹਾ ਹੈ, ਭਾਵੇਂ ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਗਿਆ ਅੱਜ ਜਾਂ ਹੋਰ ਲੋਕ ਗਏ ਨੇ ਪੰਜਾਬ 'ਚੋਂ, ਪ੍ਰਨੀਤ ਕੌਰ ਗਏ ਨੇ, ਰਵਨੀਤ ਸਿੰਘ ਬਿੱਟੂ ਗਏ ਨੇ, ਤਾਂ ਉਹ ਸਮਝ ਆਉਂਦਾ ਹੈ ਕਿ ਚਲੋ ਇੱਕ ਦੇਸ਼ ਦੀ ਲੋਕਤੰਤਰ ਦੀ ਇੱਕ ਵੱਡੀ ਪਾਰਟੀ ਵਜੋਂ ਉਹਨੂੰ ਜਾਣਨ ਲੱਗ ਪਏ ਦੁਨੀਆ 'ਚ ਲੋਕ, ਕਿਉਂਕਿ ਸਰਕਾਰਾਂ ਦਿੱਤੀਆਂ ਨੇ ਦੋ ਲਗਾਤਾਰ ਮਜ਼ਬੂਤ ਸਰਕਾਰਾਂ ਦਿੱਤੀਆਂ ਨੇ। ਬਸਪਾ ਵੀ ਜਿਹੜੀ ਸੱਤਾਧਾਰੀ ਧਿਰ ਪੰਜਾਬ ਦੀ ਹੈ, ਉਹਦੇ ਇੱਕ MLA ਦਾ ਦੇ ਪਿਤਾ ਨੂੰ ਲੈ ਗਏ ਤੁਸੀਂ ਸੁਰਿੰਦਰ ਕੰਬੋਜ ਨੂੰ ਫਿਰੋਜ਼ਪੁਰ ਤੋਂ ਐਲਾਨ ਦਿੱਤਾ, ਇਹ ਕਹਾਣੀ ਕਿਵੇਂ ਫਿੱਟ ਬੈਠੀ? ਦੇਖੋ ਜਿਹੜਾ ਭਾਰਤੀ ਜਨਤਾ ਪਾਰਟੀ 'ਚ ਸੁਸ਼ੀਲ ਰਿੰਕੂ ਜੀ ਦਾ ਜਾਣਾ ਆ ਜੀ, ਉਹ ਇੱਦਾਂ ਹੀ ਆ ਜਿੱਦਾਂ ਆਪਣੇ ਦੇਸ਼ ਲਈ ਲੜ ਰਹੇ ਰਾਵਣ ਨੂੰ ਛੱਡ ਕੇ ਭਵਿਸ਼ਣ ਦਾ ਚਲੇ ਜਾਣਾ, ਕਿਉਂਕਿ ਅੱਜ ਪੂਰੇ ਦੇਸ਼ ਦਾ ਜਿਹੜਾ ਦਲਿਤ ਹੈ ਉਹ ਸੰਵਿਧਾਨ ਬਚਾਉਣ ਦੇ ਲਈ ਬਸਪਾ ਦੇ ਨੀਲੇ ਝੰਡੇ ਥੱਲੇ ਇਕੱਠਾ ਹੋ ਰਿਹਾ, ਪੂਰੇ ਦੇਸ਼ ਦਾ ਦਲਿਤ ਜਿਹੜਾ ਉਹ ਅੰਬੇਡਕਰਮਈ ਹੋ ਕੇ ਮੋਦੀ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਲੱਗਿਆ ਆ। ਔਰ ਜੇਕਰ ਸੁਸ਼ੀਲ ਰਿੰਕੂ ਜੀ ਇਹੋ ਜਿਹੇ ਹਾਲਾਤਾਂ 'ਚ ਆਪਣੇ ਸਮਾਜ ਦਾ ਆਪਣੇ ਸੰਵਿਧਾਨ ਦੀ ਲੜਾਈ ਛੱਡ ਕੇ ਭਵਿਸ਼ਣ ਬਣ ਕੇ ਦੂਜੇ ਦੇ ਤੰਬੂ 'ਚ ਗਏ ਆ, ਭਾਜਪਾ ਦੇ ਤੰਬੂ 'ਚ ਗਏ ਆ, ਇਹਦਾ ਮਤਲਬ ਉਹ ਸਮਾਜ ਨਾਲ ਵੀ ਔਰ ਬਾਬਾ ਸਾਹਿਬ ਅੰਬੇਡਕਰ ਨਾਲ ਵੀ ਔਰ ਸੰਵਿਧਾਨ ਨਾਲ ਵੀ ਉਹ ਗੱਦਾਰੀ ਕਰ ਰਹੇ ਜੀ। ਜਿਹੜਾ ਸੁਰਿੰਦਰ ਕੰਬੋਜ ਜੀ ਦਾ ਬਹੁਜਨ ਸਮਾਜ ਪਾਰਟੀ 'ਚ ਆਣਾ ਆ, ਕੰਬੋਜ ਭਾਈਚਾਰਾ ਵੀ ਆਜ਼ਾਦੀ ਤੋਂ ਬਾਅਦ ਅਣਗੋਲਿਆ ਹੋਇਆ ਸਮਾਜ ਸੀ ਜੀ। ਜਦੋਂ ਬਹੁਜਨ ਸਮਾਜ ਪਾਰਟੀ ਖੜੀ ਹੋਈ ਤਾਂ ਉਸ ਖਿੱਤੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਦੋ ਵੱਡੀਆਂ ਬਰਾਦਰੀਆਂ ਨੂੰ ਪੋਲੀਟੀਕਲ ਫੋਲਡ ਦੇ ਵਿੱਚ ਡਿਵੈਲਪ ਕੀਤਾ। ਨੰਬਰ 1 ਰਾਏ ਸਿੱਖ ਫਿਰੋਜ਼ਪੁਰ ਫਾਜ਼ਿਲਕਾ ਬੈਲਟ ਦੇ ਵਿੱਚ, ਨੰਬਰ 2 ਕੰਬੋਜ ਸਿੱਖ ਜੀ। ਸਾਹਿਬ ਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਇਹ ਦੋਨੋਂ ਬਰਾਦਰੀਆਂ ਬੈਕਫੁੱਟ ਤੇ ਪੋਲੀਟੀਕਲ ਫੋਲਡ ਦੇ ਵਿੱਚੋਂ ਚਲੇ ਗਈਆਂ। ਸੀਡੀ ਸਿੰਘ ਕੰਬੋਜ, ਕਰਨਲ ਸੀਡੀ ਸਿੰਘ ਕੰਬੋਜ ਬਹੁਜਨ ਸਮਾਜ ਪਾਰਟੀ ਨੇ ਸਟੇਟ ਦਾ ਪ੍ਰੈਜੀਡੈਂਟ ਲਗਾਇਆ, ਔਰ ਹੁਸ਼ਿਆਰਪੁਰ ਜਿਹੜੀ ਸਾਹਿਬ ਕਾਂਸ਼ੀ ਰਾਮ ਦੀ ਜਿੱਤੀ ਹੋਈ ਸੀਟ ਸੀ 96 'ਚ ਸੀਡੀ ਸਿੰਘ ਕੰਬੋਜ ਨੂੰ ਉਮੀਦਵਾਰ ਬਣਾਇਆ, ਉੱਥੋਂ 3 ਲੱਖ ਤੇ ਲਗਭਗ ਵੋਟਾਂ ਪਈਆਂ। ਇਹ ਤੁਹਾਡੇ ਪਟਿਆਲੇ ਵਾਲੇ ਹਰਦਿਆਲ ਕੰਬੋਜ ਜੀ, ਇਹ ਵੀ ਬਸਪਾ ਸੀ, ਇਹ 89 'ਚ ਬਸਪਾ ਨੇ ਲੋਕ ਸਭਾ ਦਾ ਟਿਕਟ ਲੜਾਏ ਜੀ, ਜਿੰਨੀ ਕੁ ਮੈਨੂੰ ਜਾਣਕਾਰੀ ਛੋਟੀ ਗਈ, ਬਿਲਕੁਲ ਬਿਲਕੁਲ ਜੇ ਮੈਂ ਗਲਤ ਨਾ ਹੋਵਾਂ। ਕੰਬੋਜ ਭਾਈਚਾਰਾ ਵੀ ਪੰਜਾਬ ਦੇ ਵਿੱਚ ਅਣਗੋਲਿਆ ਭਾਈਚਾਰਾ, ਬਹੁਜਨ ਸਮਾਜ ਪਾਰਟੀ ਇਹਨੂੰ ਫੋਰ ਫਰੰਟ ਤੇ ਖੜਾ ਕਰਨੀ ਚਾਹੁੰਦੀ ਆ ਜੀ, ਪਿਛਲੱਗੂ ਨਹੀਂ ਜੀ, ਮੋੜਲੀਆਂ ਕਤਾਰਾਂ 'ਚ ਜੀ, ਤੇ ਅਸੀਂ ਮੋੜਲੀਆਂ ਕਤਾਰਾਂ ਦੇ ਵਿੱਚੋਂ ਕੰਬੋਜ ਭਾਈਚਾਰੇ ਦੇ ਸਿਰ ਕੱਢ ਆਗੂ ਨੂੰ ਲੱਭ ਰਹੇ ਸੀ, ਔਰ ਅਸੀਂ ਦੇਖਿਆ ਕਿ ਉੱਥੇ ਸੁਰਿੰਦਰ ਕੰਬੋਜੀ ਜਿਹਨੂੰ ਹਮੇਸ਼ਾ ਹੀ ਉੱਥੋਂ ਦੀ ਰਾਜਨੀਤਿਕ ਲੋਕ ਵੱਖ ਵੱਖ ਕੇਸਾਂ 'ਚ ਲਿਜਾ ਕੇ ਦਬਾਉਣਾ ਚਾਹੁੰਦੇ ਆ, ਸਾਨੂੰ ਲੱਗਿਆ ਵੀ ਸ਼ਾਇਦ ਜਿਹਨੂੰ ਇਹਨੂੰ ਦਬਾਉਣਾ ਚਾਹੁੰਦੇ ਆ ਵੀ ਹੋ ਸਕਦਾ ਇਹੀ ਭਾਈਚਾਰੇ ਦੀ ਲੜਾਈ ਲੜ ਲੈ, ਗਰੀਬ ਦੀ ਲੜਾਈ ਲੜ ਲੈ, ਇਸ ਕਰਕੇ ਅਸੀਂ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਉਤਾਰਿਆ। ਮੈਂ ਜਲੰਧਰ ਦੀ ਗੱਲ ਕਰ ਰਿਹਾ, ਹੁਸ਼ਿਆਰਪੁਰ ਤੋਂ ਤੁਸੀਂ ਆਲਰੇਡੀ ਉਮੀਦਵਾਰ ਐਲਾਨ ਚੁੱਕੇ ਹੋ ਜੀ, ਜਲੰਧਰ ਦੀ ਜੇਕਰ ਗੱਲ ਕਰੀਏ ਤਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਸਿਟਿੰਗ MP ਤੇ ਐਲਾਨੇ ਹੋਏ ਉਮੀਦਵਾਰ ਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਖਿੱਚ ਕੇ ਲੈ ਗਈ। ਕਾਂਗਰਸ ਸਾਬਕਾ ਮੁੱਖ ਮੰਤਰੀ ਜੋ ਕਿ ਦਲਿਤ ਭਾਈਚਾਰੇ ਨਾਲ ਵਾਵਸਥਾ ਨੇ ਸੰਬੰਧ ਰੱਖਦੇ ਨੇ, ਚਰਨਜੀਤ ਸਿੰਘ ਚੰਨੀ ਨੂੰ ਉਤਾਰਨ ਦੀ ਤਿਆਰੀ ਦੇ ਵਿੱਚ ਹੈ, ਤਾਂ ਕੀ ਜਸਵੀਰ ਸਿੰਘ ਗੜੀ ਉੱਥੇ ਫਾਈਟ ਦੇਣਗੇ ਉਹਨਾਂ ਨੂੰ ਜਲੰਧਰ ਤੋਂ? ਦੇਖੋ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਸਮਾਜ ਨੇ ਰਿਜੈਕਟਡ ਮਾਲ ਜਿਹੜਾ ਨਾ ਉਹ ਘੁੰਮਦਾ ਹੁੰਦਾ ਆਲੇ ਦੁਆਲੇ, ਨਹੀਂ ਰਿਜੈਕਟਡ ਤਾਂ ਹੈਗੇ ਪਰ ਉਹ ਰਿਜੈਕਟਡ ਸਿਟਿੰਗ MLA MP ਵੀ ਹੈਗੇ ਨੇ, ਹਾਂ ਰਿਜੈਕਟਡ ਹੈ ਸਮਾਜ ਵੱਲੋਂ ਰਿਜੈਕਟਡ ਹੈ, ਨਹੀਂ ਪਰ ਜਿੱਤੇ ਕਿਵੇਂ? ਹੁਣ ਆਉਂਦੇ ਆ, ਹਾਂ ਜਿੱਤਣ ਦੇ ਤਾਂ ਹੋਰ ਰਸਤੇ ਆ ਨਾ, ਜਿੱਤਣ ਦੇ ਰਸਤੇ ਤਾਂ ਇਹ ਆ
ਬਈ ਬਈ ਉਹ ਤਾਂ ਭਵਿਸ਼ਣ ਵੀ ਲੰਕਾ ਦਾ ਰਾਜਾ ਬਣ ਗਿਆ ਸੀ ਰਾਵਣ ਤੋਂ ਬਾਅਦ। ਬਸ ਉੱਥੋਂ ਲੰਕਾ ਦੇ ਲੋਕਾਂ ਵੱਲੋਂ ਤਾਂ ਰਿਜੈਕਟਡ ਸੀ ਨਾ, ਉਹਦੇ ਬਾਅਦ ਚ ਉਹਦੀ ਕੋਈ ਹਿਸਟਰੀ ਨਹੀਂ ਹੈਗੀ। ਜਿਨ੍ਹਾਂ ਦਾ ਇਤਿਹਾਸ ਖਤਮ ਕਰਨਾ ਹੋਵੇ ਉਹ ਦੁਸ਼ਮਣ ਦੇ ਹੱਥਾਂ ਚ ਖੇਡ ਜਾਂਦੇ ਆ। ਹੁਣ ਆਉਂਦੇ ਆਪਾਂ ਮੁੱਖ ਮੰਤਰੀ ਦੀ, ਤੁਸੀਂ ਗੱਲ ਕੀਤੀ ਤਰਨਜੀਤ ਚੰਨੀ ਦੀ, ਕਦੇ ਸੁਣਿਆ ਕਿ ਮੁੱਖ ਮੰਤਰੀ ਦੋ ਸੀਟਾਂ ਲੜੇ ਤੇ ਦੋਹਾਂ ਤੋਂ ਹੀ ਹਾਰ ਜਾਏ? ਇਹ ਭਾਰਤ ਦੇ ਇਤਿਹਾਸ ਦਾ ਪਹਿਲਾ ਇਹ ਚਮਤਕਾਰ ਸੀ ਕਿ ਜਿਸ ਹਾਥੀ ਨੂੰ ਰੋਕਣ ਲਈ, ਜਿਸ ਬਹੁਜਨ ਸਮਾਜ ਪਾਰਟੀ ਨੂੰ ਰੋਕਣ ਲਈ ਕਾਂਗਰਸ ਨੇ ਇਹ ਦਲਿਤ ਪੱਤਾ ਖੇਡ ਕੇ ਦਿੱਲੀ ਦੇ ਇਸ਼ਾਰਿਆਂ ਤੇ, ਕਾਂਗਰਸ ਦੀ ਦਿੱਲੀ ਦੇ ਇਸ਼ਾਰਿਆਂ ਤੇ ਹਾਥੀ ਨੂੰ ਰੋਕਣ ਲਈ ਹਾਥੀ ਮੂਹਰੇ ਸੀਐਮ ਬਣਾ ਕੇ ਖੜਾ ਕੀਤਾ ਸੀ ਮਾਨਯੋਗ ਚੰਨੀ ਜੀ। ਕਦੇ ਸੁਣਿਆ ਕਿ ਸੀਐਮ ਦੋਹੇ ਸੀਟਾਂ ਤੋਂ ਹਾਰ ਗਿਆ ਹੋਵੇ? ਔਰ ਚਮਕੌਰ ਸਾਹਿਬ ਭਦੌੜ, ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਵੀ ਚੰਨੀ ਭਦੌੜ ਆ ਕੇ ਕਿਉਂ ਲੜਿਆ? ਮੈਂ ਬੜੇ ਬੜੇ ਲੀਡਰਾਂ ਨੂੰ ਪੁੱਛਿਆ, ਕਹਿੰਦੇ ਯਾਰ ਇਹ ਨੀ ਸਮਝ ਆਉਂਦੀ। ਮੈਂ ਕਿਹਾ ਵੀ ਭਦੌੜ ਆ ਕੇ ਬੱਕਰੀ ਕਿਉਂ ਚੋਈ? ਵੋਟਰ ਨਹੀਂ ਚੋਇਆ ਗਿਆ ਨਾ, ਬੱਕਰੀ ਕਿਉਂ ਚੋਈ ਜੀ? ਕਿਉਂਕਿ ਭਦੌੜ ਦੇ ਨਾਲ ਹਲਕਾ ਲੱਗਦਾ ਮਹਿਲ ਕਲਾਂ, ਜਿੱਥੋਂ ਤੁਹਾਡੇ ਅੱਜ ਦੇ ਉਮੀਦਵਾਰ 2017 ਚ ਲੜੇ ਸੀ ਮੱਖਣ ਸਿੰਘ, ਜਿੱਥੋਂ ਸਾਡੇ ਉਮੀਦਵਾਰ ਅੱਜ ਦੇ ਜਿਹੜੇ ਆਪਾਂ ਲੋਕ ਸਭਾ 2017 ਚ ਲੜੇ ਸੀ। ਕਾਂਗਰਸ ਨੇ ਦੇਖਿਆ ਕਿ ਇਹ ਮਾਲਵਾ ਬੈਲਟ ਸੰਗਰੂਰ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਚਾਰ ਲੋਕ ਸਭਾ ਦੇ ਧੁਰੇ ਦੀ ਸੀਟ ਵਾ, ਜੇ ਇੱਥੋਂ ਹਾਥੀ ਜਿੱਤ ਗਿਆ ਤੇ ਪੂਰੇ ਇਸ ਧੁਰੇ ਦਾ ਜਿਹੜਾ ਦਲਿਤ ਔਰ ਪਛੜਾ ਆ ਇਹ ਹਾਥੀ ਦੋਲੇ ਇਕੱਠਾ ਹੋ ਜਾਏਗਾ, ਸੈਂਟਰਲਾਈਜ਼ ਹੋ ਜਾਏਗਾ। ਹਾਥੀ ਨੂੰ ਰੋਕਣ ਲਈ ਕਾਂਗਰਸ ਨੇ ਪਲਾਨ ਕੀਤਾ ਕਿ ਮਹਿਲ ਕਲਾਂ ਤੋਂ ਵੀ ਹਾਥੀ ਨੇ ਜਿੱਤਣਾ ਜਾਵੇ ਤਾਂ ਚਮਕੌਰ ਤੋਂ ਭਦੌੜ ਭੇਜਿਆ, ਚਮਕੌਰ ਤੋਂ ਭਦੌੜ ਭੇਜਿਆ। ਅਸੀਂ ਇਹ ਸਾਰੀਆਂ ਚਾਲਾਂ ਸਮਝਦੇ ਸੀਗੇ ਕਿ ਹਾਥੀ ਨੂੰ ਰੋਕਣ ਲਈ ਕਾਂਗਰਸ ਸਾਜਿਸ਼ ਕਰ ਰਹੀ ਆ। ਅੱਜ ਕਾਂਗਰਸ ਦਾ ਇੰਨਾ ਬੁਰਾ ਹਾਲ ਹੈ ਕਿ ਦੁਆਬੇ ਦੇ ਲੋਕਾਂ ਨੂੰ ਰਗੜਨ ਲਈ ਕਾਂਗਰਸ ਜਿਹੜੇ ਲੀਡਰ ਚੌਧਰੀ ਫੈਮਿਲੀ ਕਿੰਨੀ ਵਾਰੀ ਇਲੈਕਸ਼ਨ ਲੜੀ ਜੀ, ਉਹ ਕਹਿੰਦਾ ਸੀ ਇੱਕ ਮੁਹਾਵਰਾ ਸੁਣਦੇ ਹੁੰਦੇ ਸੀ, ਜਿਹੜੇ ਲਾਹੌਰ ਚ ਅਕਲਮੰਦ ਉਹ ਪਿਸ਼ੌਰ ਚ ਵੀ ਅਕਲਮੰਦ ਜੀ। ਇੱਦਾਂ ਹੀ ਕਹਿੰਦਾ ਵੀ ਉਹ ਲਹਿੰਦੇ ਪੰਜਾਬ ਦਾ ਮੁਹਾਵਰਾ ਸੀ ਲਾਹੌਰ ਤੇ ਪਿਸ਼ੌਰ ਵਾਲਾ, ਵੀ ਹੁਣ ਉਹ ਮੁਹਾਵਰਾ ਇਹ ਚੜ੍ਹਦੇ ਪੰਜਾਬ ਦਾ ਵੀ ਬਣ ਗਿਆ, ਆਪਣੇ ਵਾਲੇ ਪੰਜਾਬ ਦਾ ਵੀ ਉਹ ਚੰਨੀ ਸਾਹਿਬ ਦੀ ਕਿਰਪਾ ਹੋਈ ਬਣ ਗਿਆ, ਜਿਹੜਾ ਜਿਹੜਾ ਚਮਕੌਰ ਚ ਅਕਲਮੰਦ ਉਹ ਭਦੌੜ ਚ ਵੀ ਅਕਲਮੰਦ। ਤਾਂ ਮੇਰੀ ਵੀ ਪੰਜਾਬੀਆਂ ਨੂੰ ਬੇਨਤੀ ਆ ਭਾਈ, ਅੱਜ ਤੋਂ ਬਾਅਦ ਜਿਹੜਾ ਲਾਹੌਰ ਅਕਲਮੰਦ ਪਿਸ਼ੌਰ ਅਕਲਮੰਦ ਇਹ ਨੀ ਹੁਣ ਤੁਸੀਂ ਸ਼ਬਦ ਵਰਤਣਾ, ਹੁਣ ਤੁਸੀਂ ਇਹ ਵਰਤਣਾ ਜਿਹੜਾ ਚਮਕੌਰ ਚ ਅਕਲਮੰਦ ਉਹੀ ਭਦੌੜ ਚ ਅਕਲਮੰਦ ਜੀ। ਖੈਰ ਆਪਾਂ ਟੀਵੀ ਤੇ ਜਨਤਕ ਪਲੇਟਫਾਰਮ ਤੇ ਗੱਲ ਤੇ ਥੋੜਾ ਬਦਲਾਅ ਵੀ ਕਰਨਾ ਪੈਂਦਾ। ਅਗਲੇ 10 ਉਮੀਦਵਾਰ ਕਿੰਨੀ ਜਲਦੀ ਐਲਾਨਣ ਜਾ ਰਹੇ ਹੋ? ਖਾਸ ਕਰ ਪਟਿਆਲੇ ਵਰਗੀ ਸੀਟ ਹੈ, ਬਹੁਤ ਚਰਚਿਤ ਸੀਟ ਹੈ, ਬਠਿੰਡੇ ਵਰਗੀ ਸੀਟ ਹੈ, ਜਲੰਧਰ ਦੀ ਮੈਂ ਗੱਲ ਕੀਤੀ, ਤੁਸੀਂ ਉਹਦਾ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਤੁਸੀਂ ਟੱਕਰਾ ਦਿਓਗੇ ਉੱਥੇ ਜਾ ਕੇ ਚਰਨਜੀਤ ਚੰਨੀ ਨੂੰ ਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਾਂ ਫਿਰ ਕੋਈ ਹੋਰ ਜਰਨੈਲ ਉਤਾਰੋਗੇ ਜਲੰਧਰ ਤੋਂ? ਦੇਖੋ ਬਹੁਜਨ ਸਮਾਜ ਪਾਰਟੀ ਦਾ ਆਖਰੀ ਫੈਸਲਾ ਭੈਣ ਕੁਮਾਰੀ ਮਾਇਆਵਤੀ ਜੀ ਕਰਦੇ ਆ, ਉੱਥੋਂ ਦੇ ਲੀਡਰਾਂ ਨੇ ਜਿਹੜੇ ਜਲੰਧਰ ਨਾਲ ਸੰਬੰਧਿਤ ਨੇ ਜੀ, ਉਹਨਾਂ ਚੋਂ ਕਿਸੇ ਨੇ ਵੀ ਇਸ ਗੱਲ ਲਈ ਅਪਲਾਈ ਨਹੀਂ ਕੀਤਾ ਕਿ ਸਾਨੂੰ ਟਿਕਟ ਦਿੱਤੀ ਜਾਵੇ। ਉਹਨਾਂ ਨੇ ਇਹ ਕਿਹਾ ਕਿ ਪਾਰਟੀ ਆ ਚਾਰ ਪੰਜ ਬੰਦੇ ਨੇ ਜਿਹਨੂੰ ਚੁਣਨਾ ਚਾਹੁੰਦੀ ਆ ਉਹਨੂੰ ਦੇ ਦਿਓ ਜੀ, ਟਿਕਟ ਮੰਗੀ ਕਿਸੇ ਨੇ ਨਹੀਂ। ਔਰ ਪਾਰਟੀ ਹਾਈਕਮਾਂਡ ਇਹ ਸੋਚਦੀ ਆ
ਕਿ ਟਿਕਟ ਮੰਗੀ ਕਿਸੇ ਨੇ ਨੀ ਤੇ ਪੈਨਲ ਦੋ ਤਿੰਨ ਵਾਰੀ ਬੈਠ ਚੁੱਕੋ ਅੰਡਰ ਵਿਚਾਰ ਅਧੀਨ ਹੈ ਜਦੋਂ ਵੀ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ ਉਹ ਅਸੀਂ ਸਾਰੇ ਮੰਨਾਂਗੇ ਤੁਹਾਡੀ ਤਿਆਰੀ ਹੈ ਵੈਸੇ ਜੇ ਤੁਹਾਨੂੰ ਉੱਥੇ ਸ਼ਿੰਗਾਰ ਕੇ ਉਤਾਰਿਆ ਜਾਏ ਜੇ ਮੇਰੀ ਤਿਆਰੀ ਹੋਵੇ ਤੇ ਮੈਂ ਵੀ ਚੰਨੀ ਵਾਂਗੂ ਦਰ ਦਰ ਘੁੰਮਦਾ ਹੁੰਦਾ ਤੇ ਮੈਂ ਵੀ ਡੇਰਿਆਂ ਦੇ ਵਿੱਚ ਜਾ ਕੇ ਡਰਾਮੇ ਕਰਦਾ ਹੁੰਦਾ ਭੁੰਜੇ ਪੈਣ ਦੇ ਔਰ ਉਹਨਾਂ ਡੇਰਿਆਂ ਦੇ ਨਾਲ ਮੈਂ ਵੀ ਝੂਠੇ ਲਾਰੇ ਲਾਉਂਦਾ ਕਿ ਮੈਂ 25 ਕਰੋੜ ਦਾ ਚੈੱਕ ਦੇ ਦਿੱਤਾ ਇਹ ਕੈਸ਼ ਹੋ ਜਾਊਗਾ 25 ਕਰੋੜ ਮੈਂ ਜਿੱਤਣ ਤੋਂ ਬਾਅਦ ਦਊਂਗਾ 100 ਕਿੱਲੇ ਜ਼ਮੀਨ ਦੇ ਦਊਂਗਾ ਮਤਲਬ ਕਾਂਗਰਸ ਜਿਹਨੂੰ ਉਮੀਦਵਾਰ ਬਣਾਉਣਾ ਚਾਹੁੰਦੀ ਹੈ ਝੂਠ ਦੀ ਪੰਡ ਨੂੰ ਜੀ ਉਹ ਝੂਠ ਦੀ ਪੰਡ ਨੂੰ ਹਲੇ ਟਿਕਟ ਨਹੀਂ ਦਿੱਤੀ ਲੇਕਿਨ ਕਾਂਗਰਸ ਚ ਖਲਾਰਾ ਪੈ ਗਿਆ ਕਾਂਗਰਸ ਦੋ ਫਾੜ ਹੋਣ ਨੂੰ ਫਿਰਦੀ ਦੁਆਬੇ ਚੌਧਰੀ ਨੇ ਚੀਫ ਵਿਪ ਤੋਂ ਪੂਰੇ ਦੁਆਬੇ ਚ ਕਾਂਗਰਸ ਦੋ ਫਾੜ ਹੋਣ ਨੂੰ ਫਿਰਦੀ ਅਸੀਂ ਚੰਨੀ ਦਾ ਧੰਨਵਾਦ ਕਰਦੇ ਹਾਂ ਵੀਰ ਜਲੰਧਰ ਲੱਗਾ ਰਿਹਾ ਜੀ ਜੀ ਜੇਕਰ ਵੈਸੇ ਤਾਂ ਇਸ ਤਰ੍ਹਾਂ ਦੀ ਇਸ ਜੋ ਮੈਂ ਗੱਲ ਕਹਿਣ ਜਾ ਰਿਹਾ ਇਹਦਾ ਕੋਈ ਬੇਸ ਨਹੀਂ ਹੈ ਇੱਕ ਚਲਦੀ ਇੰਟਰਵਿਊ ਚ ਜੇਕਰ ਚੌਧਰੀ ਪਰਿਵਾਰ ਜਿਹੜਾ ਕਿ ਹੁਣ ਆਪਣੇ ਨੂੰ ਹਾਸ਼ੀ ਤੇ ਲੱਗਾ ਮਹਿਸੂਸ ਕਰ ਰਿਹਾ ਹੈ ਚੌਧਰੀ ਸੰਤੋਖ ਸਿੰਘ ਦੀ ਜਿਹੜੀ ਦੇਹਾਂਤ ਹੈ ਉਹ ਵੀ ਇਤਫਾਕਵਾਸੀ ਕਹਿ ਲਓ ਕਿ ਰਾਹੁਲ ਗਾਂਧੀ ਜਦੋਂ ਭਾਰਤ ਜੋੜੋ ਯਾਤਰਾ ਲਈ ਪੰਜਾਬ 'ਚ ਆਏ ਤਾਂ ਉਹਨਾਂ ਨਾਲ ਜਦੋਂ ਯਾਤਰਾ 'ਚ ਹਿੱਸਾ ਲੈ ਰਹੇ ਸਨ ਉਦੋਂ ਦਿਲ ਦਾ ਦੌਰਾ ਪੈਣ ਕਾਰਨ ਉਹ ਸਵਰਗਵਾਸ ਹੋ ਗਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਜਿਹੜੇ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਖਿਲਾਫ਼ ਇਲੈਕਸ਼ਨ ਲੜੇ ਉਹ ਹਾਰ ਗਏ ਪਰ ਹੁਣ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ ਪਰ ਜਦੋਂ ਤੋਂ ਚਰਨਜੀਤ ਚੰਨੀ ਦਾ ਨਾਮ ਵੱਧ ਪ੍ਰਮੁੱਖਤਾ ਨਾਲ ਜਲੰਧਰ ਸੈਗਮੈਂਟ 'ਚ ਚੱਲਿਆ ਉਹ ਚੀਫ ਵਿਪ ਤੋਂ ਜਿਹੜਾ ਹੈਗਾ MLA ਅਸਤੀਫਾ ਵਿਕਰਮ ਚੌਧਰੀ ਨੇ ਦੇ ਦਿੱਤਾ ਹੈ ਜੇਕਰ ਚੌਧਰੀ ਪਰਿਵਾਰ ਬਸਪਾ 'ਚ ਆਉਣਾ ਚਾਹੇ ਤਾਂ ਤੁਸੀਂ ਸਵਾਗਤ ਕਰੋਗੇ ਹਾਲਾਂਕਿ ਮੈਂ ਕੋਈ ਕਿਸੇ ਆਧਾਰ ਕਿਸੇ ਇਹਨੂੰ ਮਤਲਬ ਨਹੀਂ ਦੇਣਾ ਚਾਹੁੰਦਾ ਗੱਲ ਨੂੰ ਕਿ ਚੌਧਰੀ ਪਰਿਵਾਰ ਇੱਧਰ ਜਾਣਾ ਚਾਹੁੰਦਾ ਉੱਧਰ ਜਾਣਾ ਚਾਹੁੰਦਾ ਦੇਖੋ ਅਸੀਂ ਤਾਂ ਚੌਧਰੀ ਪਰਿਵਾਰ ਨੂੰ ਵੀ ਬੇਨਤੀ ਕਰਾਂਗੇ ਕਿ ਤੁਸੀਂ ਕਾਂਗਰਸ ਦੀ ਕਨੇਡੀ ਤੇ ਚੜ ਕੇ 18 ਸਾਲ ਦਲਿਤ ਪਛੜੇ ਵਰਗਾਂ ਦੀ ਗੱਲ ਨਹੀਂ ਕਰ ਸਕੇ ਕਿਤੇ ਵੀ ਬਾਬਾ ਸਾਹਿਬ ਅੰਬੇਡਕਰ ਦੀ ਕਿਰਪਾ ਨਾਲ ਤੁਹਾਡੇ ਕੋਲ ਸਾਰੇ ਸਾਧਨ ਹੈ ਸਾਰੀਆਂ ਅਕਲਾਂ ਆ ਸਾਰੀਆਂ ਪੜ੍ਹਾਈਆਂ ਆ ਤਜਰਬਾ ਆ ਸਿਆਸਤ ਦਾ ਸਿਆਸਤ ਦਾ ਤਜਰਬਾ ਆ ਜੀ ਔਰ ਬਹੁਜਨ ਸਮਾਜ ਪਾਰਟੀ ਜਿਹਦੇ ਨਾਲ ਧੱਕਾ ਹੋ ਜਾਏ ਗਰੀਬ ਨਾਲ ਮਜ਼ਲੂਮ ਨਾ ਹੋ ਜਾਏ ਜ਼ੋਰਾਵਰ ਨਾ ਹੋ ਜਾਏ ਬਹੁਜਨ ਸਮਾਜ ਪਾਰਟੀ ਦੀ ਇਹ ਪਾਲਿਸੀ ਸਾਹਿਬ ਕਾਂਸ਼ੀ ਰਾਮ ਨੇ ਬਣਾਈ ਉਹਨਾਂ ਖੜਨਾ ਧੱਕੇ ਦੇ ਨਾਲ ਖੜਨਾ ਤੇ ਜੇ ਚੌਧਰੀ ਪਰਿਵਾਰ ਬਹੁਜਨ ਸਮਾਜ ਪਾਰਟੀ ਦੇ ਨਾਲ ਇਸ ਮੁੱਦੇ ਤੇ ਸੰਪਰਕ ਕਰੇਗਾ ਅਸੀਂ ਉਹ ਗੱਲ ਉਹਨਾਂ ਦੀ ਹਾਈ ਕਮਾਂਡ ਤੱਕ ਜ਼ਰੂਰ ਪਹੁੰਚਦੀ ਕਰਾਂਗੇ ਆਪਣੀ ਹਾਈ ਕਮਾਂਡ ਤੱਕ ਜੇ ਉਹ ਤੁਹਾਡੇ ਨਾਲ ਸੰਪਰਕ ਕਰਨ ਤਾਂ ਆਖਰੀ ਸਵਾਲ ਲੈ ਲਈਏ ਕਿ ਕੁਮਾਰੀ ਮਾਇਆਵਤੀ ਜੀ ਕਿਉਂਕਿ ਬੈਨੀਵਾਲ ਸਾਹਿਬ ਅੱਜ ਚੰਡੀਗੜ੍ਹ ਆਏ ਹੋਏ ਨੇ ਉਮੀਦਵਾਰ ਐਲਾਨੇ ਜਾ ਰਹੇ ਨੇ ਉਹਨਾਂ ਦਾ ਸ਼ਡਿਊਲ ਕੀ ਰਹੇਗਾ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਕਿਉਂਕਿ ਪਰ ਹਾਲਾਂਕਿ ਉਹਨਾਂ ਨੇ ਪੂਰੇ ਦੇਸ਼ ਦੀ ਲੜਾਈ ਲੜਨੀ ਹੈ ਕਿਉਂਕਿ ਨਾ ਤੁਸੀਂ ਇੰਡੀਆ ਬਲਾਕ 'ਚੋ ਨਾ ਤੁਸੀਂ NDA 'ਚੋ ਤਾਂ ਕੀ ਰਣਨੀਤੀ ਨਾਲ ਨੈਸ਼ਨਲ ਪੱਧਰ ਤੇ ਜਿਹੜਾ ਹੈ ਰਣਨੀਤੀ ਬਣਾਈ ਹੈ ਤੇ ਪੰਜਾਬ ਨੂੰ ਕਿਸ ਤਰ੍ਹਾਂ ਕਿਉਂਕਿ ਪੰਜਾਬ 'ਚ ਵੀ ਇਕੱਲੇ ਲੜਦੇ ਹੋ ਤੇ ਲੜਾਈ ਪੰਜਾਬ 'ਚ ਬਹੁਤ ਵੱਡੀ ਹੈ ਭੈਣ ਕੁਮਾਰੀ ਮਾਇਆਵਤੀ ਜੀ ਨੇ ਭਾਰਤੀ ਜਨਤਾ ਪਾਰਟੀ ਨੂੰ ਧੌਣ ਤੋਂ ਫੜ ਕੇ ਕੁੱਬਾ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜੀ ਉਹਦੇ ਚੋਂ ਇੱਕ ਸਭ ਤੋਂ ਵੱਡੀ ਯੋਜਨਾ ਸੀ ਜਿਹੜਾ 2019 ਦਾ ਇਲੈਕਸ਼ਨ ਸਪਾ ਔਰ ਬਸਪਾ ਦੇ ਗੱਠਜੋੜ 'ਚ ਲੜਿਆ ਗਿਆ ਉਹ ਬਦਕਿਸਮਤੀ ਸੀ ਕਿ ਉਹ ਗੱਠਜੋੜ ਕਾਮਯਾਬ ਨਹੀਂ ਹੋਇਆ ਜੇ ਕਿਤੇ ਕਾਮਯਾਬ ਹੋ ਜਾਂਦਾ 80 ਦੇ ਵਿੱਚੋਂ ਘੱਟੋ ਘੱਟ ਵੀ 60 ਸੀਟਾਂ ਇਹ ਗੱਠਜੋੜ ਲੈ ਕੇ ਜਾਂਦਾ ਔਰ ਇਹਨਾਂ ਦੀਆਂ 303 ਪੂਰੀਆਂ ਨਹੀਂ 272 ਪੂਰੀਆਂ ਨਹੀਂ ਸੀ ਹੁੰਦੀਆਂ 272 ਭਾਰਤੀ ਜਨਤਾ ਪਾਰਟੀ ਦੀਆਂ ਪੂਰੀਆਂ ਨਹੀਂ ਸੀ ਹੁੰਦੀਆਂ ਤਾਂ ਜੇ ਉਹ ਪੂਰੀਆਂ ਨਾ ਹੁੰਦੀਆਂ 2019 'ਚ ਤੇ ਉਹਦੇ ਪਿੱਛੇ ਇੱਕੋ ਹੀ ਇੱਕ ਚਿਹਰਾ ਹੋਣਾ ਸੀ ਉਹਦਾ ਨਾਂ ਸੀ ਭੈਣ ਕੁਮਾਰੀ ਮਾਇਆਵਤੀ ਜੀ ਉਹ ਨਹੀਂ ਕਾਮਯਾਬ ਹੋਇਆ 19 ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੇ ਯੋਜਨਾ ਬਣਾਈ ਨੌਨ ਕਾਂਗਰਸ
ਨੋਨ ਬੀਜੇਪੀ ਜਿੰਨੇ ਵੀ ਗੱਠਜੋੜ ਜਿੰਨੀਆਂ ਵੀ ਪਾਰਟੀਆਂ ਹੈ ਉਹਨਾਂ ਸਾਰਿਆਂ ਨੂੰ ਇੱਕ ਫੋਲਡ ਇੱਕ ਮੰਚ ਤੇ ਇਕੱਠਾ ਕਰਨਾ ਜੀ। ਉਹਦੇ ਤਹਿਤ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਅਸੀਂ ਰੱਖਿਆ, ਹਰਿਆਣੇ ਚ ਗੱਲ ਅਲੱਗ ਚੱਲਦੀ ਰਹੀ ਆ, ਆਲੇ ਦੁਆਲੇ ਹੋਰ ਸਟੇਟਾਂ ਚ ਅਲੱਗ ਗੱਲ ਚੱਲਦੀ ਰਹੀ ਆ। ਇਹ ਸਾਡੀ ਦੇਸ਼ ਵਾਸੀਆਂ ਦੀ ਬਦਕਿਸਮਤੀ ਆ ਕਿ ਦੇਸ਼ ਦੀ ਪਿਛਲੇ 30 ਸਾਲਾਂ ਤੋਂ 1996 ਤੋਂ 30-35 ਸਾਲਾਂ ਤੋਂ ਦੇਸ਼ ਦੀ ਤੀਜੇ ਨੰਬਰ ਦੀ ਰਾਸ਼ਟਰੀ ਪਾਰਟੀ, ਸਭ ਤੋਂ ਵੱਡੀ ਬਹੁਜਨ ਸਮਾਜ ਪਾਰਟੀ, ਕਿ ਉਹ ਇੱਕ ਤੀਜਾ ਮਹਾਜ ਅਸੀਂ ਖੜਾ ਨਹੀਂ ਕਰ ਸਕੇ। ਪਰ ਭੈਣ ਕੁਮਾਰੀ ਮਾਇਆਵਤੀ ਜੀ ਹਮੇਸ਼ਾ ਇਸ ਕੋਸ਼ਿਸ਼ 'ਚ ਰਹੇ ਆ ਅਸੀਂ ਤੀਜਾ ਮਹਾਜ, ਥਰਡ ਫਰੰਟ ਦੇਸ਼ ਦੀ ਰਾਜਨੀਤੀ 'ਚ ਦਈਏ, ਜਿਹੜਾ ਕਾਂਗਰਸ ਨੂੰ ਵੀ ਹਰਾਉਣ ਦਾ ਕੰਮ ਕਰੇ, ਭਾਰਤੀ ਜਨਤਾ ਪਾਰਟੀ ਨੂੰ ਵੀ ਹਰਾਉਣ ਦਾ ਕੰਮ ਕਰੇ। ਇਸ ਕਰਕੇ ਸਾਡੀ ਨੀਤੀ ਬੜੀ ਸਪਸ਼ਟ ਹੈ, ਅਸੀਂ ਅੱਜ ਪੂਰੇ ਦੇਸ਼ ਵਿੱਚ ਇਕੱਲੇ ਲੜ ਰਹੇ ਹਾਂ। ਪੰਜਾਬ 'ਚ ਵੀ ਸਾਡਾ ਇਹ ਫੈਸਲਾ 'ਚ, ਮਤਲਬ ਪਹਿਲਾਂ ਵੀ ਅਸੀਂ ਵਾਰ ਵਾਰ ਕਿਹਾ ਕਿ 13 ਸੀਟਾਂ 'ਤੇ ਔਰ ਪੂਰੇ ਦੇਸ਼ 'ਚ ਇਕੱਲੇ ਲੜ ਰਹੇ ਜੀ। ਅਸੀਂ ਗੱਲ ਕੀਤੀ ਆ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਉਹਨਾਂ ਨਾਲ, ਜਿਨ੍ਹਾਂ ਨੇ ਕਿ ਇੱਕ ਗੱਲ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤੀ ਹੈ ਕਿ ਬਸਪਾ ਦੀ ਲੜਾਈ ਪੂਰੇ ਦੇਸ਼ ਵਿੱਚ ਨੌਨ ਕਾਂਗਰਸ ਅਤੇ ਨੌਨ ਭਾਜਪਾ ਦੇ ਫੋਲਡ 'ਚ ਆਉਂਦੀਆਂ ਜਿਹੜੀਆਂ ਸਿਆਸੀ ਜਮਾਤਾਂ ਨੇ ਉਹਨਾਂ ਨੂੰ ਇਕੱਠਾ ਕਰਕੇ ਤੀਜਾ ਫਰੰਟ ਖੜਾ ਕਰਨ ਦੀ ਲੜਾਈ ਹੈ, ਜਿਸ ਲਈ ਉਹ ਜਦੋ ਜਹਿਦ ਕਰਦੇ ਰਹਿਣਗੇ। ਅਤੇ ਇਸੇ ਗੱਲ 'ਤੇ ਪਹਿਰਾ ਦਿੰਦੇ ਹੋਏ ਆਖਰ ਨੂੰ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ, ਕਿਉਂਕਿ ਬਾਕੀ ਦੀਆਂ ਪਾਰਟੀਆਂ ਦਾ ਝੁਕਾਅ ਜਾਂ ਤਾਂ ਕਾਂਗਰਸ ਵਾਲੇ ਗੱਠਜੋੜ ਇੰਡੀਆ ਬਲੋਕ ਵੱਲ ਹੈ ਜਾਂ ਫਿਰ ਐਨਡੀਏ ਬਲੋਕ ਵੱਲ ਸੀ। ਉਹ ਹਾਲਾਂਕਿ ਅਕਾਲੀ ਦਲ ਦੀ ਗੱਲ ਨਹੀਂ ਬਣੀ ਆਖਰ ਨੂੰ ਜਾ ਕੇ, ਪਰ ਇਹਨਾਂ ਨੇ ਦੁਬਾਰਾ ਉਹਨਾਂ ਨਾਲ ਗੱਠਜੋੜ ਜਿਹੜਾ ਕਰਨਾ ਵਾਜਬ ਨਹੀਂ ਸਮਝਿਆ। ਅੱਜ 3 ਉਮੀਦਵਾਰ ਐਲਾਨੇ ਜਾ ਚੁੱਕੇ ਨੇ ਭਾਰਤੀ ਬਹੁਜਨ ਸਮਾਜ ਪਾਰਟੀ ਦੇ। ਜਲੰਧਰ ਤੋਂ ਇਸ਼ਾਰਾ ਜ਼ਰੂਰ ਇਹਨਾਂ ਨੇ ਕੀਤਾ ਕਿ ਚੌਧਰੀ ਪਰਿਵਾਰ ਜੇਕਰ ਇਹਨਾਂ ਨਾਲ ਸੰਪਰਕ ਕਰੇਗਾ ਤਾਂ ਉਹ ਜ਼ਰੂਰ ਉਸ ਨੂੰ ਕੰਸਿਡਰ ਕਰਨਗੇ। ਪਰ ਜਸਬੀਰ ਸਿੰਘ ਗੜ੍ਹੀ ਦਾ ਨਾਮ ਜਲੰਧਰ ਦੀ ਸੀਟ ਤੋਂ ਚਰਚਾ ਵਿੱਚ ਹੈ, ਇਹ ਮੰਨਣ ਭਾਵੇਂ ਨਾ ਮੰਨਣ ਅਸੀਂ ਦੁਬਾਰਾ ਫੇਰ ਤਕਲੀਫ ਦੇਵਾਂਗੇ ਇਹਨਾਂ ਨੂੰ। ਤੇ ਬਹੁਤ ਸ਼ੁਕਰੀਆ ਜੀ ਦੈਨਿਕ ਸਵੇਰਾ ਨੂੰ। ਧੰਨਵਾਦ ਸਾਰੇ ਦਰਸ਼ਕਾਂ, ਸ਼ੁਕਰੀਆ ਜੀ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।